ਲੈ ਫਟਾਫਟ ਜਾ ਮੇਰਾ ਵੀਰ ਬੁਰਾ ਹਾਲ ਹੈ ਨਾ ਕਰ ਗਿਆ ਬਹੁਤ ਘਟਿਆ ਹੋ ਗਿਆ ਕੰਮ ਲਿਆ।
ਕੁੱਕੜ ਪਿੰਡ ਵੱਲੋਂ ਦੂਜਾ ਗੋਲ ਕੀਤਾ ਗਿਆ। ਕੁੱਕੜ ਪਿੰਡ 2 ਮੁਸਾਫਰ 0। सेकेंड हाफ में मीठापुर का पूरा पूरा दबदबा, फिर से डी के अंदर और ये पास गेंद अब की बार गई है। Yeah,
और मैं ठाकुर के बाद पहली बार चांस डी में, पर बहुत ही अच्छा डिफेंस कुकर फिंग फिर से और बॉल फेरा और वेरी नाइस कलेक्शन कुक्कड़ पिन के पास एक की दो एक से आगे चल रहा है कुक्कड़ पिन और पहले सेकंड हाफ के 13 मिनट में कुक्कड़ पिन का पूरा दबदबा रहा है और ये और ये गोल पेनल्टी कॉर्नर के साथ गोल और दोनों टीमों का स्कोर 2-2। एक गोल करता है
ਮੈਚ ਪਾਕਿਸਤਾਨ ਦੇ ਵਿੱਚ ਚੱਲਦਾ ਹੋਇਆ और एक और पेनल्टी कॉर्नर और ये पेनल्टी कर गोल और व्हाट एक्सीलेंट गोल व्हाट ए रिवर्स फ्लिक
ਕੁੱਕੜ ਪਿੰਡ ਦੋ ਮਿੱਠਾਪੁਰ ਦੋ। ਬਹੁਤ ਹੀ ਬਿਹਤਰੀਨ ਗੋਲ। ਔਰ ਮਿੱਠਾ ਫਿਰ ਸੇ ਲਗਾਤਾਰ ਡੋਮੀਨੇਟ ਕਰਕੇ ਹੋ ਗਏ। और अब की बात पेनल्टी स्ट्रोक, कुक्कड़ पिंड को वाटर से बहुत ही बढ़िया से और कुक्कड़ पिन को एक और पेनल्टी स्ट्रोक, लगातार दूसरा पेनल्टी स्ट्रोक कुक्कड़ पिन को, बढ़त बनाने का अच्छा चांस। और ये बेहतरीन सेव, बहुत ही बेहतरीन डिफेंस। आखिरी 6 मिनट का गेल बचा हुआ है। ਪਹਿਲਾ ਗੋਲ ਕੁੱਕੜ ਪਿੰਨ ਇੱਕ ਸੋਸਾਇਟੀ ਵੱਲੋਂ ਸ਼ਹੀਦ ਸ੍ਰੀ ਕ੍ਰਿਸ਼ਨ ਸਿੰਘ ਕੜਕਾਜ ਹਾਕੀ ਟੂਰਨਾਮੈਂਟ ਜਿਹੜਾ ਕਿ ਬ੍ਰਿੰਗ ਸਟੇਡੀਅਮ ਵਿੱਚ ਕਰ ਰਿਹਾ ਹੈ। ਜਿਵੇਂ ਕਿ ਇਹਦੇ ਵਿੱਚ ਸਹਿਯੋਗ ਕਰਨ ਵਾਲੇ
ਸਾਡੇ ਪਹਿਲਾ ਇਨਾਮ 25,000 ਰੁਪਈਆ ਜਿਹੜਾ ਜਸਵਿੰਦਰ ਸਿੰਘ ਨੀਕਾ ਜੀ ਵੱਲੋਂ ਔਰ ਇਹ ਗੋਲ ਕੁੱਕੜ ਪਿੰਡ ਇੱਕ ਮਿੱਠਾਪੁਰ ਇੱਕ ਦੂਸਰਾ ਸਟੋਕ ਲੇਂਗੇ ਕੁੱਕੜ ਪਿੰਡ ਕੇ ਖਿਲਾੜੀ ਔਰ ਇਹ ਗੋਲ ਕੁੱਕੜ ਪਿੰਡ 2 ਮਿੱਠਾਪੁਰ 1 ਔਰ ਇਹ ਮਿਸ ਕੁੱਕੜ ਪਿੰਡ 2 ਮਿੱਠਾਪੁਰ 1 ਔਰ ਇਹ ਬਹੁਤ ਹੀ ਬਿਹਤਰੀਨ ਸੀ ਔਰ ਚਾਂਸ ਹੈ ਅਬ ਮਿੱਠਾਪੁਰ ਕੇ ਪਾਸ ਬਰਾਬਰੀ ਕਰਨੇ ਕਾ ਔਰ ਇਹ ਮਿਸ ਔਰ ਇਹ ਗੋਲ ਮਿੱਠਾਪੁਰ ਦਾ ਖਿਲਾੜੀ ਗੋਲ ਸਟ੍ਰਾਈਕ ਔਰ ਇਹ ਗੋਲੀ ਰੈਡੀ ਬਹੁਤ ਬਿਹਤਰੀਨ ਸੇਵ ਔਰ ਇਸੀ ਕੇ ਸਾਥ ਕੁੱਕੜ ਪਿੰਡ ਵਿਨ ਔਰ ਪੈਨਲਟੀ ਸ਼ੂਟ ਆਊਟ ਮੇ ਕੁੱਕੜ ਪਿੰਡ 3-1 ਸੇ ਜੀਤ ਬਹੁਤ ਵਧੀਆ ਗੇਮ